ਚਰਚਾਵਾਂ ਇਹ ਨੇ ਕਿ ਮਾਨ ਸਾਹਿਬ ਆਉਣਗੇ, ਪਰ ਉਹਦੇ ਤੋਂ ਪਹਿਲਾਂ ਮੈਂ ਕੁਛ ਕਲਾਕਾਰਾਂ ਤੇ ਕੁਛ ਕੈਬਨਿਟ ਮਿਨਿਸਟਰ ਜਿਹੜੇ ਇਹਨਾਂ ਦੀ ਪਾਰਟੀ ਦੇ ਹੈਗੇ ਨੇ ਉਹਨਾਂ ਦੇ ਚਾਨਣਾ ਪਾਉਣਾ ਚਾਹੂੰਗਾ। ਹੁਣੇ ਹੁਣੇ ਜਦੋਂ ਦੇ ਅਸੀਂ AKM ਰਿਜ਼ੋਰਟ 'ਚ ਆਏ ਹਾਂ ਤਾਂ ਅੰਦਰ ਬਹੁਤ ਸਾਰੇ ਮੰਤਰੀ ਅਤੇ ਜਿਵੇਂ ਅਦਾਕਾਰ ਗੱਗੂ ਗਿੱਲ ਹੋਣ ਜਾਂ ਮੰਤਰੀਆਂ ਵਿੱਚੋਂ ਰਾਣਾ ਗੁਰਜੀਤ ਜੀ ਹੋਣ, ਸਤਿੰਦਰ ਸੱਤੀ ਜੀ ਕਲਾਕਾਰੀ ਦੇ ਵਜੋਂ ਹੋਣ, ਤਾਂ ਬਹੁਤ ਸਾਰੇ ਨਾਮੀ ਲੋਕ ਜਿਹੜੇ ਹੈਗੇ ਨੇ ਉਹ ਅੰਦਰ ਆਏ ਨੇ। ਤਾਂ ਅੰਦਰ ਹੁਣੇ ਤੁਹਾਨੂੰ ਤਸਵੀਰਾਂ ਅਸੀਂ ਨਾਲ ਨਾਲ ਸ਼ੇਅਰ ਵੀ ਕੀਤੀਆਂ ਨੇ ਕਿ ਕਿਸ ਤਰੀਕੇ ਦੇ ਨਾਲ ਗੱਗੂ ਗਿੱਲ ਜੀ ਆਏ ਨੇ, ਕਿਸ ਤਰੀਕੇ ਦੇ ਨਾਲ ਹੋਰ ਜਿਹੜੇ ਅਦਾਕਾਰ ਹੈਗੇ ਨੇ ਰਜਿੰਦਰ ਕੌਰ ਪੱਠਲ ਜੀ ਆਏ ਨੇ, ਤਾਂ ਹੋਰ ਬਹੁਤ ਸਾਰੇ ਅਦਾਕਾਰ ਜਾਂ ਹੋਰ ਬਹੁਤ ਸਾਰੇ ਮਿਨਿਸਟਰ ਜਿਹੜੇ ਹੈਗੇ ਨੇ ਉਹਨਾਂ ਨੇ ਸ਼ਿਰਕਤ ਕੀਤੀ ਹੈ। ਤਾਂ ਮਾਨ ਸਾਹਿਬ ਦੀ ਵੀ ਜਿਵੇਂ ਤੁਸੀਂ ਗੱਲ ਕਰ ਰਹੇ ਹੋ, ਮਾਨ ਸਾਹਿਬ ਦੀ ਵੀ ਆਉਣ ਦੀ ਸੰਭਾਵਨਾ ਹੈਗੀ ਹੈ, ਹਾਲੇ ਕੈਬਨਿਟ ਮਿਨਿਸਟਰ ਵਿੱਚੋਂ ਹੋਰ ਬਹੁਤ ਸਾਰੇ ਮੰਤਰੀਆਂ ਦੇ ਆਉਣ ਦੀ ਸੰਭਾਵਨਾ ਹੈ। ਹੌਲੀ 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 ਜਿਵੇਂ ਜਿਵੇਂ ਸਮਾਂ ਲੱਗਦਾ ਤਾਂ ਅਸੀਂ ਤੁਹਾਨੂੰ ਤਸਵੀਰਾਂ ਵੀ ਦਿਖਾ ਰਹੇ ਹਾਂ, ਤਾਂ ਦਿਖਾਉਂਦੇ ਵੀ ਰਵਾਂਗੇ। ਤਾਂ ਜਿਵੇਂ ਹੁਣ ਤੁਸੀਂ ਗੱਲ ਕਰ ਰਹੇ ਹੋ ਕਿ ਮੰਤਰੀਆਂ ਦੀ ਗੱਲ ਮੈਂ ਇੱਕ ਕਰਨੀ ਚਾਹੂੰਗਾ ਕਿ ਇੱਧਰੋਂ ਦੀ ਮੰਤਰੀ ਐਂਟਰ ਹੋ ਰਹੇ ਨੇ, ਗੈਸਟ ਵੀ, ਗੈਸਟ ਦੀ ਦੂਸਰੀ ਐਂਟਰੀ ਹੈਗੀ, ਤਾਂ ਇੱਧਰੋਂ ਦੀ ਖਾਸ ਤੌਰ ਤੇ VIP ਐਂਟਰੀ ਜਿਹੜੀ ਹੈਗੀ ਉਹ ਕੀਤੀ ਗਈ ਹੈ। ਤਾਂ ਇੱਧਰੋਂ ਦੀ ਅੰਦਰ ਜਿਹੜੇ ਹੈਗੇ ਨੇ ਲੋਕ ਆ ਰਹੇ ਨੇ, ਤਾਂ ਅੰਦਰ ਪੂਰੀ ਤਰੀਕੇ ਦੇ ਨਾਲ ਸਿਕਿਉਰਿਟੀ ਜਿਹੜੀ ਹੈਗੀ ਤਾਇਨਾਤ ਉਹ ਕਰ ਦਿੱਤੀ ਗਈ ਹੈ। ਤਾਂ ਤੁਹਾਨੂੰ ਤਸਵੀਰਾਂ ਵੀ ਅਸੀਂ ਨਾਲ ਦੀ ਨਾਲ ਦਿਖਾ ਰਹੇ, ਮੈਂ ਆਪਣੇ ਕੈਮਰਾਮੈਨ ਨੂੰ ਕਹੂੰਗਾ ਇੱਕ ਵਾਰ ਮਿੰਟ ਜਾ ਅੰਦਰ ਆ ਕੇ ਥੋੜ੍ਹਾ ਜਿਹਾ AKM ਰਿਜ਼ੋਰਟ ਦੀ ਵੀ ਅਸੀਂ ਅੰਦਰ ਤੋਂ ਤਸਵੀਰਾਂ ਦਿਖਾ ਦਈਏ। ਜਿੱਥੇ ਮੇਨ ਵੈਨਿਊ ਹੈਗਾ ਅਸੀਂ ਤੁਹਾਨੂੰ ਦਿਖਾਉਣਾ ਚਾਹਾਂਗੇ, ਇੱਥੇ ਦੀ ਪਾਰਕਿੰਗ ਜਿਹੜੀ ਹੈਗੀ ਮਿਨਿਸਟਰ ਦੀ ਗੱਡੀਆਂ ਲਗਾ ਕੇ ਉਹ ਅੰਦਰ ਤੋਂ ਉਸ ਜਗ੍ਹਾ ਤੋਂ ਅੰਦਰ ਤੋਂ ਐਂਟਰੀ ਹੋ ਰਹੀ ਹੈ। ਤਾਂ ਹੁਣੇ ਤੁਹਾਨੂੰ ਇੱਕ ਹੋਰ ਜਿਹੜੀ ਵੀਡੀਓ ਆਪਾਂ ਸ਼ੇਅਰ ਕੀਤੀ ਹੈ ਕਿ ਹੁਣੇ ਗੈਸਟ ਦੀ ਵੀ ਜਿਹੜੀ ਉਹਨਾਂ ਦੀ ਮੇਨ ਅਨਮੋਲ ਗਗਨ ਮਾਨ ਤੇ ਸ਼ਹਿਬਾਜ਼ ਜੀ ਦੀ ਵੀ ਹੁਣੇ ਐਂਟਰੀ ਹੋਈ ਹੈ। ਤਾਂ ਬਹੁਤ ਸਾਰੇ ਲੋਕ, ਬਹੁਤ ਸਾਰੇ ਨਾਮੀ ਲੋਕ ਜਿਹੜੇ ਹੈਗੇ ਨੇ ਆਪਣਾ ਆਸ਼ੀਰਵਾਦ ਦੇਣ ਜੋੜੀ ਨੂੰ ਆ ਰਹੇ ਨੇ। ਵਿਆਹ ਜਿਹੜਾ ਹੈਗਾ ਲਾਵਾਂ ਫੇਰੇ ਹੋ ਚੁੱਕੇ ਨੇ, ਤਾਂ ਹੁਣ ਇੱਥੇ ਰਿਸੈਪਸ਼ਨ ਪਾਰਟੀ ਜਿਹੜੀ ਹੈਗੀ ਹੈ ਉਹ ਇੱਕ ਔਰਗਨਾਈਜ਼ ਕੀਤੀ ਗਈ ਹੈ ਅਨਮੋਲ ਤੇ ਸ਼ਹਿਬਾਜ਼ ਜੀ ਦੇ ਵੱਲੋਂ, ਜਿੱਥੇ ਇੱਥੇ ਉਹਨਾਂ ਦੇ ਜੋ ਕੁਲੀਗਸ ਹੈਗੇ ਨੇ, ਜੋ ਉਹਨਾਂ ਦੇ ਰਿਸ਼ਤੇਦਾਰ ਹੈਗੇ ਨੇ, ਜੋ ਉਹਨਾਂ ਦੇ ਵੈਲ ਵਿਸ਼ਰਸ ਹੈਗੇ ਨੇ ਉਹ ਇੱਥੇ ਆਉਣਗੇ, ਸ਼ਿਰਕਤ ਕਰਨਗੇ। ਤਾਂ ਇਸ ਤੋਂ ਬਾਅਦ ਡੋਲੀ ਜਿਹੜੀ ਹੈਗੀ ਹੈ ਉਹਦਾ ਸਮਾਂ ਵੀ 4:30 ਜਾਂ 5 ਵਜੇ ਦੇ ਲਾਗੇ ਛਾਗੇ ਦੱਸਿਆ ਜਾ ਰਿਹਾ। ਪਰ ਜਿਵੇਂ ਜਿਵੇਂ ਹੁਣ ਸਮਾਂ ਬੀਤ ਰਿਹਾ, ਬਹੁਤ ਸਾਰੇ ਲੋਕ, ਬਹੁਤ ਸਾਰੇ ਰਿਸ਼ਤੇਦਾਰ, ਬਹੁਤ ਸਾਰੇ ਉਹਨਾਂ ਦੀ ਕਲਾਕਾਰੀ ਵਾਲੇ ਦੋਸਤ, ਬਹੁਤ ਸਾਰੇ ਉਹਨਾਂ ਦੇ ਮਿਨਿਸਟਰਸ ਵਾਲੇ ਦੋਸਤ, ਜਿਹੜੀ ਕੈਬਨਿਟ ਮਿਨਿਸਟਰ ਵਿੱਚੋਂ ਹੋਰ ਵੀ ਉਹਨਾਂ ਦੇ ਜਿਹੜੇ ਕਲੀਗਸ ਹੈਗੇ ਨੇ ਉਹ ਆ ਰਹੇ ਨੇ। ਤਾਂ ਤੁਸੀਂ ਸਿਕਿਉਰਿਟੀ ਵੀ ਤੁਸੀਂ ਦੇਖ ਪਾ ਰਹੇ ਹੋ ਕਿ ਕਿਸ ਤਰੀਕੇ ਦੇ ਨਾਲ ਪੰਜਾਬ ਪੁਲਿਸ ਵੀ ਪੂਰੇ ਤਰੀਕੇ ਦੇ ਨਾਲ ਇਸ ਰਿਜ਼ੋਰਟ ਵਿੱਚ ਤਾਇਨਾਤ ਕਰ ਦਿੱਤੀ ਗਈ ਹੈ। ਫਾਇਰ ਬ੍ਰਿਗੇਡ ਦੀਆਂ ਗੱਡੀਆਂ ਨੇ, ਸਿਕਿਉਰਿਟੀ ਦਾ, ਸੇਫਟੀ ਦਾ ਪੂਰਾ ਧਿਆਨ ਰੱਖਿਆ ਗਿਆ ਹੈਗਾ। ਤੁਸੀਂ ਜੋ ਅੰਦਰ ਜਾਓਗੇ ਅੰਦਰ ਹੀ ਪੂਰੀ ਮਸ਼ੀਨਸ ਲਗਾ ਕੇ ਰੱਖੀਆਂ ਹੋਈਆਂ ਨੇ ਜਿੱਥੋਂ ਦੀ ਗੈਸਟ ਦੀ ਐਂਟਰੀ ਹੋਣੀ ਹੈ। ਤਾਂ ਤੁਸੀਂ ਦੇਖ ਪਾ ਰਹੇ ਹੋ ਐਕਸਕਲੂਸਿਵ ਤਸਵੀਰਾਂ AKM ਰਿਜ਼ੋਰਟ ਜ਼ੀਰਕਪੁਰ ਦੀਆਂ, ਜਿੱਥੇ ਐਂਟਰੀ ਹੋ ਰਹੀ ਹੈ ਬਹੁਤ ਸਾਰੇ ਲੋਕਾਂ ਦੀ, ਬਹੁਤ ਸਾਰੇ ਨਾਮੀ ਲੋਕਾਂ ਦੀ। ਤਾਂ ਵੈਸੇ ਵੀ ਅਗਰ ਜ਼ਿਕਰ ਕਰੀਏ ਅਨਮੋਲ ਗਗਨ ਮਾਨ ਜੀ ਦਾ, ਉਹਨਾਂ ਦੀ ਜਿਹੜੀ ਦੋਸਤੀ ਹੈਗੀ ਹੈ, ਉਹਨਾਂ ਦਾ ਜਿਹੜਾ ਰਿਸ਼ਤਾ ਹੈਗਾ ਬਹੁਤ ਵੱਡਾ। ਬੇਸ਼ੱਕ ਉਹ ਮਿਊਜ਼ਿਕ ਇੰਡਸਟਰੀ ਵੱਲੋਂ ਲਗਾ ਲਓ ਜਾਂ ਬੇਸ਼ੱਕ ਉਹ ਮੰਤਰੀਆਂ ਵਜੋਂ ਲਗਾ ਲਓ, ਉਹਨਾਂ ਦੀ ਜਿਹੜੀ ਜ਼ਿੰਦਗੀ ਦੇ ਜਿਹੜੇ ਲੋਕ ਹੈਗੇ ਨੇ ਉਹਨਾਂ ਦੀ ਜਿਹੜੀ ਲਿਸਟ ਹੈਗੀ ਬਹੁਤ ਲੰਬੀ ਹੈ, ਕਿਉਂਕਿ ਉਹਨਾਂ ਦਾ ਗਾਇਕੀ ਵਜੋਂ ਪੇਸ਼ਾ ਜਿਹੜਾ ਹੈਗਾ ਸੀਗਾ ਉਹ ਗਾਇਕੀ ਵਜੋਂ ਸ਼ੁਰੂਆਤ ਹੋਈ ਸੀਗੀ। ਤਾਂ ਹੁਣ ਉਹ ਇੱਕ ਮਿਨਿਸਟਰ ਵਜੋਂ ਹੈ ਨਾ ਕੰਮ ਕਰ ਰਹੇ ਨੇ ਪੰਜਾਬ ਦੇ ਵਿੱਚ। ਤਾਂ ਤੁਸੀਂ ਜੀ ਤਸਵੀਰਾਂ ਦੇਖ ਸਕਦੇ ਹੋ।